ਥਾਣਾ ਫਤਿਹਗੜ੍ਹ ਸਾਹਿਬ ਵਿਖੇ ਇੱਕ ਦਰਖਾਸਤ ਆਈ ਸੀ ਜਿਸ 'ਤੇ ਅਸੀਂ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਅਤੇ ਲੜਕੀ ਦਾ ਜਿਹੜਾ ਮੈਡੀਕਲ ਕਰਵਾਇਆ ਜਾ ਰਿਹਾ, ਬਾਕੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ, ਦੋਸ਼ੀ ਦੀ ਅਰੈਸਟ ਹਜੇ ਬਾਕੀ ਹੈ। ਲੜਾਈ ਜੀ ਹੋ ਗਈ ਸੀ ਮਹੱਲੇ ਜੀ ਪਿੱਛੇ, ਗੱਲਬਾਤ ਜੀ ਉਹਨਾਂ ਦੀ ਕੁੜੀ ਨਾਲ ਗੱਲਬਾਤ ਸੀ, ਉਹਨਾਂ ਦੀ ਕੁੜੀ ਨੇ ਬੁਲਾਇਆ ਤਾ ਜੀ ਘਰੀ। ਹਾਂਜੀ, ਉਹਨਾਂ ਨੇ ਫਿਰ ਜੀ ਸਾਰਿਆਂ ਨੇ ਫੜ ਕੇ ਬੰਨ ਕੇ ਕੁੱਟਿਆ ਜੀ ਰੱਸੀਆਂ ਨਾਲ ਜੀ। ਮੈਂ ਗੰਡਾਸੀ ਮਾਰੀ ਜੀ ਸਿਰ 'ਚ ਜੀ ਉਹਨਾਂ ਨੇ, ਲੋਹੇ ਦਾ ਪੈਪ ਤਾ ਜੀ ਉਹਨਾਂ ਨੇ ਕੋਲੇ। ਘੱਟੋ ਘੱਟ ਜੀ 1.5-2 ਘੰਟੇ ਕੁੱਟਿਆ ਜੀ, ਕਿਸੇ ਨੂੰ ਉੱਥੇ ਛਡਾਇਆ ਨਹੀਂ, ਮਹੱਲੇ ਵਾਲੇ ਵੀ ਤੇ ਸਾਰੇ। ਉਹ ਤੋਂ ਬਾਅਦ ਜੀ ਜੈਬ ਐਮ ਸੀ ਆਈ, ਉਹ ਫਿਰ ਪੁਲਿਸ ਨੂੰ ਲੈ ਕੇ ਆਏ, ਫਿਰ ਲੈ ਕੇ ਗਏ ਜੀ ਪੁਲਿਸ ਨੇ ਜੀ। ਫਿਰ ਉਰੇ ਹਸਪਤਾਲ 'ਚ ਲੈ ਆਏ ਤੇ ਜੀ, ਉਰੇ ਹਸਪਤਾਲ 'ਚ ਦਾਖਲ ਕਰਾਤਾ ਤਾ ਜੀ। ਉਰੇ ਆ ਕੇ ਫਿਰ ਉਹ ਧਮਕੀਆਂ ਦਿੰਦੇ, ਗੱਡੀ ਭਰ ਕੇ ਆਏ ਤੀ, ਧਮਕੀ ਦਿੰਦੇ ਵੀ ਇਹਨੂੰ ਲੈ ਕੇ ਜਾਓ ਥਾਣੇ 'ਚ, ਕਰੋ ਜੀ ਅੰਦਰ। ਇਹਦੇ ਕਰੇ ਸੱਟਾਂ ਇੰਨੀਆਂ ਭੱਜੀਆਂ ਜੀ। ਹਾਂ ਜੀ, ਕੁੜੀ ਦਾ ਜੀ ਉਹਨਾਂ ਨੇ ਪਤਾ ਨਹੀਂ, ਹੁਣ ਧਮਕੀਆਂ ਦੇ ਦੂ ਕੇ ਜੀ ਉਹਨਾਂ ਨੇ ਬਿਆਨ ਲਏ ਹੋਣੇ ਜੀ। ਹਾਂ ਜੀ, ਜੇ ਉਹਦੇ ਘਰਦਿਆਂ ਨੂੰ 2 ਘੰਟਿਆਂ ਦਾ ਪਤਾ ਲੱਗੇ। ਹਾਂ, ਉਹਦੇ ਘਰਦੇ ਨਹੀਂ ਤੇ ਜੀ, ਉਹਦੇ ਚਾਚੇ ਤਾਏ ਦੇ ਜੀ, ਇੱਕ ਗੁਰਪ੍ਰੀਤ ਜੀ ਉਹਦਾ ਚਾਚਾ ਜੀ, ਇੱਕ ਨੀਸ਼ੂ ਆ ਜੀ ਉਹਦੀ ਚਾਚੀ, ਇੱਕ ਜੀ ਚਰਨਜੀ ਆ ਉਹਦਾ ਦਾਦਾ ਜੀ, ਅਤੇ ਇੱਕ ਜੀ ਉਹਨਾਂ ਦੇ ਮੁਹੱਲੇ ਦੇ 2 ਜਣੇ ਜੀ ਅਮਨ ਸੋਤਾ ਜੀ, ਇੱਕ ਉਹਨਾਂ ਦੇ ਹੀ ਡੈਡੀ ਧਰਮਪਾਲ ਜੀ, ਉਹ ਕੁੱਟਿਆ ਉਹਨਾਂ ਨੇ ਜੀ ਮੈਨੂੰ ਜੀ, ਬੰਨ ਕੇ ਜੀ ਲੱਤਾਂ ਬਾਹਾਂ ਬੰਨ ਕੇ ਥੱਲੇ ਗੇਰ ਕੇ ਜੀ, ਉਹ ਮੇਰੇ ਪੈਪ ਮਾਰੇ ਜੀ ਪਿੱਛੇ ਸਾਰੀ ਆ ਢੋਈ ਦੇ ਨੀਲੇ ਨੀਲ ਪਏ ਵੇ। ਕੁੜੀ ਨਾਲ 6 ਸਾਲ ਹੋ ਚੱਲੇ ਜੀ। ਹਾਂ ਜੀ, ਪੜ੍ਹਦੀ ਹੈ ਮੇਰੀ 20 ਸਾਲ ਦੀ, ਉਹਨੂੰ 19ਵਾਂ ਲੱਗਣ ਵਾਲਾ ਜੀ। ਅਸੀਂ ਜੀ ਮੇਰੇ ਮੁੰਡੇ ਨਾਲ ਬੇਇਨਸਾਫੀ ਹੋਈ ਜੀ, ਅਸੀਂ ਪਰਸੋਂ ਕਿਹੜੇ ਐਡਮਿੰਟ ਕਰਵਾਇਆ ਹੋਇਆ ਜੀ, ਔਰ ਅਸੀਂ ਅੰਦਰ ਪੁਲਿਸ ਮਾ ਗਈ ਮੈਂ, ਜਦ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਉਹਨਾਂ ਨੇ ਕੁੱਟ ਮਰੇ ਜੀ, ਉਹ ਬੰਨ ਕਾ ਕਹਿੰਦੇ ਜੀ। ਮੈਂ ਫਿਰ ਥਾਣੇ ਗਈ ਹਾਂ, ਥਾਣੇ 'ਤੇ ਮੈਂ ਗੱਡੀ ਪੁਲਿਸ ਕੀ ਲੇਕ ਹਾਂ, ਉਹਨਾਂ ਨੇ ਬੰਦ ਕੀਤਾ ਹੋਇਆ ਤਾ ਜੀ, ਹੱਥ ਪੈਰ ਬੰਨ ਗਾ ਜੀ, ਪੈਪਾਂ ਨਾਲ ਮਾਰ ਕਾ ਗੰਡਾਸੀ ਮਾਰ ਕਾ ਜੀ। ਕੁੜੀ ਦੀ ਕੀ ਗੱਲਬਾਤ ਤੀ ਜੀ, ਇਹਦੇ ਨਾਲ ਉਹ ਫੋਨ ਕਰਦੀ ਤੀ, ਉਹ ਸਾਡੇ ਘਰ ਵੀ ਆਉਂਦੀ ਤੀ ਜੀ, ਮੈਂ ਖੇਤ ਵਿੱਚ ਕੰਮ ਕਰਦੀ ਤੀ ਜੀ, ਮੈਨੂੰ ਬਾਹਰ ਮਾਰਕੀਟ ਵਾਲਿਆਂ ਨੇ ਦੱਸਿਆ ਵੀ ਕੁੜੀ ਤੁਹਾਡੇ ਘਰ ਆਉਂਦੀ ਆ ਜੀ। ਮੈਂ ਕਿਹਾ ਵੀ ਉਹਦੇ ਮੰਮੀ ਡੈਡੀ ਨੂੰ ਦੱਸੂਗੀ ਮੈਨੂੰ ਮੌਕਾ ਵੀ ਮਿਲਣ ਦੇ। ਉਹ 4-5 ਵਾਰਾਂ ਜੀ ਸਾਡੇ ਘਰਾਂ ਪਿੱਛਾ ਮੇਰੇ ਮੁੰਡੇ ਪਾਏ ਆ ਜੀ, ਮਾਰਕੀਟ ਵਾਲੇ ਕਹਿੰਦੇ ਵੀ ਤੁਸੀਂ ਐਂ ਕਰੋ ਵੀ ਆਏ ਤੋਂ ਇਹਨਾਂ ਨੇ ਮੰਨਣਾ ਨਹੀਂ ਹੈਗਾ, ਇਹਦਾ ਕੁੰਡਾ ਲਾ ਕੇ ਇਹਨਾਂ ਨੂੰ ਬੁਲਾਓ ਜੀ। ਮੈਂ ਖੇਤ ਵਿੱਚ ਸਵੇਰੇ ਜਾਂਦੀ ਸ਼ਾਮ ਨੂੰ ਆਉਂਦੀ ਹਾਂ, ਇਹਨਾਂ ਕੀ ਪੂਰੀ ਗੱਲਬਾਤ ਜੀ, ਬਾਹਰ ਕੋਲਜ ਬੁਲਾਉਂਦੀ ਤੀ, ਫੋਟੋਆਂ ਤਰਾਉਂਦੀ ਤੀ ਜੀ। ਇਹਦੇ ਮੰਮੀ ਡੈਡੀ ਨੂੰ ਸਭ ਨੂੰ ਪਤਾ, ਆਪਣੀ ਮੰਮੀ 'ਤੇ ਵੀ ਉਹ ਫੋਨ 'ਤੇ ਗੱਲ ਕਰਦੀ ਸੀ ਜੀ, ਆਪਣੇ ਫੋਨ 'ਤੇ ਵੀ ਗੱਲ ਕਰਦੀ ਤੀ, 24 ਘੰਟੇ ਇਹਨਾਂ ਦਾ 24 ਫੋਨ ਚੱਲ ਜਾਂਦਾ। ਮੁੰਡਾ ਜੀ ਬਾਹਰ ਰਹਿੰਦਾ ਤਾਂ ਕੁੜੀ ਤੋਂ ਲੜਕੀ ਘਰ ਰਹਿੰਦੀ, ਕਿਆ ਉਹਨਾਂ ਨੂੰ ਪਤਾ ਨਹੀਂ ਚੱਲਦਾ ਸਾਡੀ ਬੇਟੀ ਕੀ ਕਰਦੀ ਆ। ਅੱਜ ਉਹ ਸਾਰੇ ਬਰਖਲਾਫ ਥਾਣੇ ਵਿੱਚ ਉਹਨਾਂ ਨੇ ਕੁੜੀ ਆਪਣੇ ਕੰਨੀ ਕੁੱਟ ਮਾਰ ਕਰਕੇ ਮੇਰੇ ਮੁੰਡੇ ਵਿੱਚ ਵੀ ਬਰਖਲਾਫ ਉਹਨਾਂ ਨੇ ਰਿਪੋਰਟ ਲਿਖਾਈ ਆ ਵੀ ਧੱਕੇ ਨਾਲ ਵੜਿਆ। ਦੇਖੋ ਜਦੋਂ ਉਹਦੀ ਮੰਮੀ ਡੈਡੀ ਉਹਦੀ ਦਾਦੀ ਦਾਖਲ ਆ ਉੱਥਾ, ਮੰਮੀ ਡੈਡੀ ਜੀ ਉਹਦੇ ਉੱਥਾ ਐਡਮਿੰਟ ਹੋ ਰਹੇ ਆ, ਉਹਦੀ ਦਾਦੀ ਉਹਦੇ ਮੰਮੀ ਡੈਡੀ ਘਰ 'ਤੇ ਚਲੇ ਗਏ, ਕੁੜੀ ਮੈਸੇਜ ਫੋਨ ਭੇਜ ਕੇ ਉਹਨੇ ਮੁੰਡੇ ਨੂੰ ਤਾਂ ਪਤਾ ਨਹੀਂ ਹੈ ਤਾ ਜੀ ਵੀ ਉਹਦੀ ਮਾਂ ਬਾਪ ਘਰ ਨਹੀਂ, ਉਹਨੇ ਫੋਨ 'ਤੇ ਮੁੰਡਾ ਬੁਲਾਇਆ ਘਰ ਵੀ ਮੇਰੇ ਮੰਮੀ ਡੈਡੀ ਨਹੀਂ ਹੈਗੇ ਤੂੰ ਆ ਜਾ। ਇਹ ਮੁੰਡਾ ਜੀ ਬਾਹਰ ਜਗਰਾਤਾ ਤਾ ਜੀ, ਉਧਰੇ ਤੋਂ ਉਧਰੀ ਮੈਂ ਕਿਹਾ ਵੀ ਜਗਰਾਤੇ ਵਿੱਚ ਗਿਆ ਹੋਇਆ, 1 ਵਜੇ ਜੀ ਉਹਨਾਂ ਦੇ ਘਰਾਂ ਵੜ ਗਿਆ ਜੀ। 1.5 ਘੰਟਾ ਹੋਇਆ ਜੀ ਜੋ ਅੰਦਰ ਸੀ ਕੁੜੀ ਕੋਲ, ਉਹਦੇ ਉੱਪਰ ਰਹਿੰਦੇ ਹੇਠਾਂ ਉਹਦਾ ਚਾਚਾ ਚਾਚੀ ਰਹਿੰਦੇ, ਉਹਦਾ ਮੁੰਡਾ ਆਇਆ ਜੀ ਜਗਰਾਤੇ 'ਤੇ, ਉਹਨੇ ਦੇਖ ਲਿਆ, ਉਹਨੇ ਆਪਣੇ ਤਾਏ ਚਾਚੇ ਬੁਲਾ ਕੇ ਮਹੱਲੇ ਵਾਲੇ ਉਹਨਾਂ ਨੇ ਬੰਨ ਕਾ ਜੀ ਰੱਸੀਆਂ ਨਾਲ, ਨਾਲੇ ਗੰਡਾਸੀ ਮਾਰੀ ਜੀ ਸਿਰ ਵਿੱਚ, ਨਾਲੇ ਇਹਨੂੰ ਪੈਪਾਂ ਗੱਲੋਂ ਟੂਟੀ ਕੇ ਪੈਪ ਨਾਲ ਇਹਦਾ ਸਾਰਾ ਭੰਨ ਤਿਆ ਜੀ ਆਹ। ਫਿਰ ਅਸੀਂ ਜੈਬ ਐਮ ਸੀ ਭੇਜਿਆ ਜੀ, ਉਹ ਤਾਂ ਉਹਨਾਂ ਨੇ ਛੱਡਿਆ ਨਹੀਂ ਹੈਗਾ, ਕਹਿੰਦਾ ਪੁਲਿਸ ਲਿਓ। ਮੈਂ ਗੱਡੀ ਪੁਲਿਸ ਕਿੱਲੇ ਕਾ ਗਈ, ਮੈਂ ਆਪਣਾ ਮੁੰਡਾ ਜਨਤੇ ਕੇਂਦਰ 'ਤੇ ਕਢਵਾਇਆ, ਫਿਰ ਉਹਨਾਂ ਨੇ ਜੀ ਫੋਟੋਆਂ ਤਾਰੀ। ਫਿਰ ਅਸੀਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਵਿਚਾਰਿਆਂ 'ਚ ਦੇਖਿਆ ਫੋਨ ਚੱਲ ਰਿਹਾ ਆਪਣਾ ਤਾਲਾ ਇਹਦਾ ਵੀ ਛਿੱਲਿਆ ਪਿਆ, ਉਹਨਾਂ ਨੇ ਐਡਮਿੰਟ ਕਰਵਾਇਆ ਪੂਰਾ ਜੀ। ਧਰਮਪਾਲ ਇੱਕ ਧਰਮਪਾਲ ਜੀ ਹੋਰ 6-7 ਬੰਦੇ ਗੱਡੀ ਮਾਂ ਆਏ ਜੀ, ਡਾਕਟਰ ਨੂੰ ਆਣ ਕੇ ਧਮਕੀ ਲੱਗੇ ਦੇਣ, ਜਦ ਇਹਦਾ ਜੀ ਐਡਮਿੰਟ ਹੋ ਰਿਹਾ ਟਾਂਕੇ ਲੱਗਣ ਲੱਗੇ, ਉਹ ਕਹਿੰਦੇ ਟਾਂਕੇ ਲੱਗੇ ਇਹਦਾ 2 ਟਾਂਕੇ ਲਾ ਕੇ ਇਹਨੂੰ ਬਾਹਰ ਕੱਢੋ, ਕਹਿੰਦੇ ਇਹਨੂੰ ਥਾਣੇ ਅੰਦਰ ਬੰਦ ਕਰੋ ਵੀ ਇਹ ਚੋਰੀ ਕਰਨ ਆਇਆ ਹੈ, ਚੋਰੀ ਕਰ ਜਾਮ ਲਾਉਂਦੇ ਆ ਜੀ ਉਹ। ਫਿਰ ਉਹਨਾਂ ਜੀ ਡਾਕਟਰ ਨੇ ਉਹਦੀ ਬਾਹਰ ਕੱਢ ਦਿਆ, ਪੁਲਿਸ ਨੂੰ ਕਹਿ ਕਾ ਜੀ ਵੀ ਇਹਨੂੰ ਬਾਹਰ ਕੱਢੋ, ਡਾਕਟਰ ਮੈਂ ਆ ਕਿ ਤੂੰ ਆ, ਕਹਿੰਦਾ ਬੱਚਾ ਤੋਂ ਸਾਰਾ ਛਿੱਲਿਆ ਪਿਆ, ਕਹਿੰਦਾ ਗਲਤੀ ਦੋਨੋਂ ਧਿਰਾਂ ਦੀ ਆ, ਕਹਿੰਦਾ ਵੀ ਮੈਨੇ ਜੋ ਮੇਰੀ ਕਾਰਵਾਈ ਆ ਮੈਂ ਕਰੂੰਗਾ, ਡਾਕਟਰ ਸਾਹਿਬ ਨੇ ਬੋਲਿਆ ਜੀ। ਉਹਨੇ ਪਰਚਾ ਉਹਨਾਂ ਵੱਲ ਦਰਜ ਕਰਤਿਆ ਜੀ ਜੀ, ਉਹਨਾਂ ਨੇ ਪੁਲਿਸ ਭੇਜੀ ਅੱਜ, 2 ਬੰਦੇ ਪੁਲਿਸ ਵਾਲੇ ਆਏ ਸਵੇਰੇ, ਬਿਆਨ ਅਜੇ ਤੱਕ ਮੇਰੇ ਮੁੰਡੇ ਕੇ ਪਰਸੋਂ ਕੇ ਹੋਏ ਨੇ ਜੀ। ਵਾਲੇ ਆਏ ਕਹਿੰਦੇ ਜੀ ਤੁਹਾਡੇ ਮੁੰਡੇ ਦਾ ਕਸੂਰ ਆ, ਮੈਂ ਕਿਹਾ ਠੀਕ ਆ ਜੀ ਮੇਰੇ ਬੇਟੇ ਦਾ ਕਸੂਰ ਆ, ਜੋ ਮੇਰੇ ਬੇਟਾ ਗਿਆ ਬੁਲਾਇਆ ਕਿਸੇ ਨੇ ਤਾਂ ਹੀ ਗਿਆ, ਮੈਂ ਨਹੀਂ ਕਿਸੇ ਕੇ ਘਰ ਚਲੀ ਜਾਂਦੀ ਜੀ।
ਉਹ ਕਹਿੰਦੇ ਕਹਿੰਦੇ ਤੁਸੀਂ ਨਾ ਚਾਰ ਬੰਦੇ ਇਕੱਠੇ ਕਰੋ, ਕਹਿੰਦੇ ਚਾਰ ਬੰਦੇ ਜਾ ਕੇ ਕਹਿੰਦਾ ਤੁਸੀਂ ਉਹਨਾਂ ਦੇ ਪੈਰਾਂ ਵਿੱਚ ਸਿਰ ਦਿਓ, ਕਹਿੰਦਾ ਹੱਥ ਬੰਨੋ, 50,000 ਅਰੇਂਜਮੈਂਟ ਕਰੋ, ਉਹਨਾਂ ਨੂੰ ਪੈਸੇ ਦਿਓ ਜੀ, ਤੁਹਾਡਾ ਫੈਸਲਾ ਕਰਾ ਦਿੰਦੇ ਹਾਂ ਕਹਿੰਦਾ। ਮੈਂ ਦੱਸੋ ਜੀ, ਦਿਹਾੜੀਦਾਰ ਆ ਬਲਬੀਰ ਸਿੰਘ ਆ ਜੀ, ਇੱਕ ਬਲਬੀਰ ਸਿੰਘ ਅਵਤਾਰ ਸਿੰਘ, ਪੁਲਿਸ ਵਾਲਾ ਕਹਿੰਦਾ ਜੀ 50,000 ਕਾ ਅਰੇਂਜਮੈਂਟ ਕਰ ਲਾ ਬੀਬੀ, ਵੀ ਤੂਰਾ ਨਾ ਬੈਠ, ਕਹਿੰਦਾ ਤੂਰਾ ਬੈਠ ਕੇ ਸਿਰਣਾ ਨਹੀਂ, ਕਹਿੰਦਾ ਦੋ ਬੰਦਿਆਂ ਵੱਲ ਜਾ, ਕਹਿੰਦਾ ਪੈਸੇ ਕਰਕੇ ਉਹਨਾਂ ਨੂੰ 40-50,000 ਮਾ, ਕਹਿੰਦਾ ਤੁਹਾਡਾ ਫੈਸਲਾ ਕਰ ਲਿਓ ਵੀ ਤੇਰੇ ਮੁੰਡੇ ਨੂੰ 1.5 ਮਹੀਨੇ ਤੱਕ ਸਜ਼ਾ ਹੋ ਜਾਊਗੀ ਜੀ। ਥਾਣੇਦਾਰ ਤਾਂ ਜੀ ਅਵਤਾਰ ਸਿੰਘ ਆ ਜੀ, ਇੱਕ ਨਾਲ ਹੋਰ ਸੀ ਉਹਦੇ ਨਾਲ। ਗੱਲ ਜੀ ਇਹ ਸਾਡੇ ਨਾਲ ਉੱਥੇ ਵੀ ਗਏ ਜੀ ਜਗਰਾਤੇ ਦੇ, ਜਗਰਾਤੇ ਤੋਂ ਬਾਅਦ ਹੀ ਫੋਨ ਆਇਆ ਰਾਤ ਨੂੰ 12:30 ਇਹ ਫਿਰ ਗਿਆ ਜੀ, ਉਦੋਂ ਬਾਅਦ ਇਹਨੂੰ ਬੰਨ ਲਿਆ ਜੀ 2:30 ਵਜੇ, ਸਾਨੂੰ ਫੋਨ ਆਇਆ, ਸਾਨੂੰ ਪਤਾ ਨਹੀਂ ਲੱਗਿਆ ਜੀ ਫੋਨ ਵਾਪਸ ਸੀਗਾ, ਉਦੋਂ ਬਾਅਦ ਸਵੇਰੇ ਸਾਨੂੰ ਪਤਾ ਲੱਗਿਆ ਜੀ ਜਦੋਂ ਲੈ ਕੇ ਆਈ, ਉਦੋਂ ਬਾਅਦ ਇਹਨੂੰ ਬੰਨ ਲਿਆ ਜੀ, ਇੱਥੇ ਬੰਨ ਕੇ ਕੁੱਟਿਆ ਇਹਨੂੰ, ਉਦੋਂ ਬਾਅਦ ਸਾਨੂੰ ਸਵੇਰੇ ਪਤਾ ਲੱਗਿਆ। ਪ੍ਰਸ਼ਾਸਨ ਤੋਂ ਬਸ ਇਹੀ ਹੈ ਬਈ ਇਨਸਾਫ ਹੋਣਾ ਚਾਹੀਦਾ ਜੀ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97-817-71-820।